ਨਵੀਂ ਪੀੜ੍ਹੀ ਦੀ ਪ੍ਰਭਾਵਿਤ ਫਿਲਮ ਰਹੀ ਹੈ DDLJ ਰਣਬੀਰ ਕਪੂਰ ਨੈਟਫਲਿਕ ਦਸਤਾਵੇਜ਼ੀ ਸੀਰੀਜ਼ ਰੋਮਾਂਟਿਕ ਕੌਣ ਹਨ ਯਸ਼ ਚੋਪੜਾ ਦੀ ਵਿਸਥਾਰ ਫਿਲਮ ਜੀ ਸਟੂਡੀਓ ਯਸ਼ਰਾਜ ਫਿਲਮਜ਼ 50 ਸਾਲ ਤੋਂ ਦੇਸ਼ ਦੇ ਵਿੱਚ ਸਭ ਤੋਂ ਸੱਭਿਆਚਾਰਿਕ ਪ੍ਰਭਾਵਾਂ ਨੂੰ ਸ਼ਰਧਾਂਜਲੀ ਇਹ ਲੜੀ 14 ਫਰਵਰੀ ਨੂੰ ਰਿਲੀਜ਼ ਹੋਣ ਦੇ ਲਈ ਤਿਆਰ ਹੈ ਰੋਮਾਂਟਿਕ ਲੋਕ ਸਾਡੀ ਪੀੜ੍ਹੀ ਦੇ ਸੁਪਰ ਸਟਾਰ ਰਣਬੀਰ ਕਪੂਰ ਨੂੰ ਦੇਖਣਗੇ ਇਸੇ ਬਾਰੇ ਗੱਲ ਕਰੇਗਾ ਕਿ ਕਿਵੇਂ ਆਦਿਤਿਆ ਚੋਪੜਾ ਨੇ ਆਲ ਟਾਈਮ ਬਲੋਕਬਾਸਟਰ ਦਿਲਵਾਲੇ ਦੁਲਹਨੀਆ ਲੈ ਜਾਏਗਾ ਦਾ ਨਿਰਦੇਸ਼ਨ ਕੀਤਾ ਜਿਸ ਨੇ ਭਾਰਤੀ ਪੌਪ ਸੱਭਿਆਚਾਰਕ ਨੂੰ ਆਕਾਰ ਦਿੱਤਾ ਰਣਬੀਰ ਕਪੂਰ ਦਾ ਆਖਣਾ ਹੈ ਕਿ ਫਿਲਮ DDLJ ਸਾਡੀ ਪੀੜ੍ਹੀ ਦੀ ਪ੍ਰਭਾਵਿਤ ਫਿਲਮਾਂ ਦੇ ਰਾਹੀਂ ਸਨ ਮੈਂ ਤੁਹਾਨੂੰ ਇਹ ਨਹੀਂ ਦੱਸ ਸਕਦਾ ਹਾਂ ਕਿ ਇਹ ਭਾਵਨਾ ਮੇਰੇ ਅੰਦਰ ਅਜੇ ਵੀ ਜ਼ਿੰਦਾ ਹੈ ਜਿਸ ਨੇ ਮੇਰੇ ਪਹਿਰਾਵੇ ਦੇ ਤਰੀਕੇ ਨੂੰ ਪ੍ਰਭਾਵਿਤ ਕੀਤਾ ਇਸ ਦੇ ਮੇਰੇ ਕਿਸੇ ਲੜਕੀ ਦੇ ਨਾਲ ਗੱਲ ਕਰਨ ਦੇ ਤਰੀਕੇ ਨੂੰ ਪ੍ਰਭਾਵਿਤ ਕੀਤਾ ਰੋਮੈਂਟਿਕ ਅਕਸ ਦੇ ਵਿੱਚ ਇਸ ਨੂੰ ਸਟ੍ਰੀਮ ਕੀਤਾ ਗਿਆ ਜਿਸ ਦੇ ਦੁਆਰਾ ਇਸ ਨੂੰ ਨਿਰਦੇਸ਼ਨ ਕਰਨ ਦੇ ਜੋ ਭਾਰਤੀ ਮੈਚ ਮੇਕਿੰਗ ਅਤੇ ਨੌਰਵ ਹੈਕ ਆਈ ਓਵਰ ਦੀ ਇੱਕ ਸ਼ਾਨਦਾਰ ਸਫਲਤਾ ਤੋਂ ਬਾਅਦ ਨੈੱਟਫਲਿਕਸ 'ਤੇ ਵਾਪਸ ਆਈ ਹੈ ਗੱਲ ਕਰਾਂਗੇ ਅਗਲੀ ਖਬਰ ਬਾਰੇ ਖਾਨ ਫਿਲਮ ਦੇ ਵਿੱਚ ਸ਼ਾਹਰੁਖ ਖਾਨ ਦੇ ਨਾਲ ਨਜ਼ਰ ਆਉਣਗੇ ਅੱਲੂ ਅਰਜੁਨ ਆਫਰ ਹੋਇਆ ਵੱਡਾ ਰੋਲ ਸ਼ਾਹਰੁਖ ਖਾਨ ਇਸ ਸਾਲ ਫਿਲਮ ਪਠਾਨ ਦੇ ਨਾਲ ਪਹਿਲਾਂ ਹੀ ਬਾਕਸ ਆਫਿਸ ਦੇ ਤੂਫਾਨ ਲਿਆ ਚੁੱਕੇ ਹਨ ਹੁਣ ਕਿੰਗ ਖਾਨ ਇੱਕ ਹੋਰ ਧਮਾਕੇ ਦੀ ਤਿਆਰੀ ਕਰ ਰਹੇ ਹਨ 2023 ਦੇ ਵਿੱਚ ਉਹਨਾਂ ਦੀ ਬਹੁਤ ਉਡੀਕੀ ਜਾ ਰਹੀ ਫਿਲਮ ਜਵਾਨ ਵੀ ਰਿਲੀਜ਼ ਹੋਣ ਜਾ ਰਹੀ ਹੈ ਇਹ ਇੱਕ ਪੈਨ ਇੰਡੀਆ ਫਿਲਮ ਹੈ ਜਿਸ ਨੇ ਨਿਰਦੇਸ਼ਕ ਤੋਂ ਲੈ ਕੇ ਅਦਾਕਾਰ ਦੇਖਣ ਦੇ ਲਈ ਕਾਫੀ ਜ਼ਿਆਦਾ ਉਤਸ਼ਾਹਿਤ ਹਨ ਸ਼ਾਹਰੁਖ ਖਾਨ ਨਯਨਤਾਰਾ ਵਿਜੇ ਸੇਤੂਪਤੀ ਤੋਂ ਇਲਾਵਾ ਇਸ ਜਵਾਨ ਦੇ ਵਿੱਚ ਸੁਪਰ ਸਟਾਰ ਦੀ ਐਂਟਰੀ ਹੋਣ ਵਾਲੀ ਹੈ ਸੁਣਨ ਦੇ ਵਿੱਚ ਆਇਆ ਹੈ ਕਿ ਜਵਾਨ ਦੇ ਰਾਹੀਂ ਪੁਸ਼ਪਾ ਸਟਾਰ ਅੱਲੂ ਅਰਜੁਨ ਬਾਲੀਵੁੱਡ ਦੇ ਵਿੱਚ ਡੈਬਿਊ ਕਰਨ ਵਾਲੇ ਹਨ ਜੀ ਹਾਂ ਤੁਸੀਂ ਸਹੀ ਪੜਿਆ ਹੁਣ ਇਹ ਖਬਰ ਕਿੰਨੀ ਸਹੀ ਹੈ ਇਸ ਬਾਰੇ ਕੋਈ ਅਧਾਰਿਤ ਵੇਰਵਾ ਸਾਹਮਣੇ ਨਹੀਂ ਆਇਆ ਹੈ ਪਰ ਫਿਲਮ ਪ੍ਰਸ਼ੰਸਕਾਂ ਨੇ ਇਸ ਵਿੱਚ ਕੋਈ ਹਲਚਲ ਜ਼ਰੂਰ ਹੈ ਇੰਨੇ ਵੱਡੇ ਸਿਤਾਰਿਆਂ ਨੂੰ ਇੱਕੋ ਫਿਲਮ ਦੇ ਵਿੱਚ ਇਕੱਠੇ ਦੇਖਣ ਦੇ ਲਈ ਪ੍ਰਸ਼ੰਸਕ ਬਹੁਤ ਜ਼ਿਆਦਾ ਉਤਸ਼ਾਹਿਤ ਹਨ ਅੱਲੂ ਅਰਜੁਨ ਨੂੰ ਫਿਲਮ ਜਵਾਨ ਦੇ ਰੋਲ ਆਫਰ ਕੀਤਾ ਗਿਆ ਹੈ ਜੇਕਰ ਅੱਲੂ ਇਹ ਰੋਲ ਕਰਨ ਦੇ ਲਈ ਰਾਜ਼ੀ ਹੋ ਜਾਂਦੇ ਹਨ ਤਾਂ ਇਹ ਉਹਨਾਂ ਬਾਲੀਵੁੱਡ ਡੈਬਿਊ ਹੋਵੇਗਾ ਗੱਲ ਕਰਾਂਗੇ ਅਗਲੀ ਖਬਰ ਬਾਰੇ ਅਗਲੇ ਮਹੀਨੇ ਸਿੱਧੂ ਦੀ ਬਰਸੀ ਮਨਾਏਗਾ ਪਰਿਵਾਰ ਪਿਤਾ ਬਲ ਕੌਰ ਨੇ ਦਿੱਤਾ ਵੱਡਾ ਐਲਾਨ ਸਿੱਧੂ ਮੂਸੇਵਾਲੇ ਦੇ ਪਿਤਾ ਬਲ ਕੌਰ ਨੇ ਐਤਵਾਰ ਨੂੰ ਦਿਨ ਘਰ ਪਹੁੰਚੇ ਸਿੱਧੂ ਦੇ ਪ੍ਰਸ਼ੰਸਕਾਂ ਨੂੰ ਸੰਬੋਧਿਤ ਕਰਦਿਆਂ ਕਿਹਾ ਉਹਨਾਂ ਦੇ ਪੁੱਤਰ ਦੇ ਕਾਤਿਲ ਨੂੰ 10 ਮਹੀਨੇ ਦਾ ਸਮਾਂ ਹੋਣ ਵਾਲਾ ਹੈ ਪਰ ਅਜੇ ਤੱਕ ਕਿਤੇ ਵੀ ਕਾਤਿਲ ਨੂੰ ਸਖ਼ਤ ਸਜ਼ਾ ਨਹੀਂ ਦਿੱਤੀ ਗਈ ਸਿੱਧੂ ਦੀ ਸੁਰੱਖਿਆ ਲੀਕ ਕਰਨ ਵਾਲਿਆਂ ਤੋਂ ਸਰਕਾਰ ਨੇ ਕੋਈ ਪੁੱਛਗਿੱਛ ਨਹੀਂ ਕੀਤੀ ਉਹਨਾਂ ਨੇ ਕਿਹਾ ਹੈ ਕਿ ਉਹਨਾਂ ਦੇ ਕੋਲ ਸਿੱਧੂ ਦੀ ਉਹ ਥਾਰ ਮੌਜੂਦ ਹੈ ਜਿਸ 'ਤੇ ਸਿੱਧੂ ਦਾ ਕਤਲ ਕੀਤਾ ਗਿਆ ਸੀ ਉਸਦਾ ਸ਼ੀਸ਼ਾ ਵੀ ਨਹੀਂ ਪਾਇਆ ਜੇਕਰ ਜਲਦ ਇਨਸਾਫ਼ ਨਾ ਮਿਲਿਆ ਤਾਂ ਉਹ ਇਸ ਗੱਡੀ ਨੂੰ ਲੈ ਕੇ ਪੰਜਾਬ ਦੀਆਂ ਸੜਕਾਂ 'ਤੇ ਘੁੰਮੇਗਾ ਅਤੇ ਸਿੱਧੂ ਦੀਆਂ ਉਹ ਤਸਵੀਰਾਂ ਲਿਆਉਣਗੇ ਜਿਸ ਦੇ ਵਿੱਚ ਉਸਦੇ ਸਰੀਰ 'ਤੇ ਗੋਲੀਆਂ ਦੇ ਨਾਲ ਉਸਨੂੰ ਛੰਨੀ ਕੀਤਾ ਗਿਆ ਸੀ ਬਲ ਕੌਰ ਨੇ ਅੱਗੇ ਆਖਿਆ ਕਿ ਅੱਜ ਪੰਜਾਬ ਦੀ ਜਵਾਨੀ ਵਿਦੇਸ਼ਾਂ ਨੂੰ ਜਾ ਰਹੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੀ ਜਵਾਨੀ ਪੰਜਾਬ ਦੇ ਵਿੱਚ ਨਹੀਂ ਰਹੇਗੀ ਉਹਨਾਂ ਨੇ ਕਿਹਾ ਕਿ ਅਗਲੇ ਮਹੀਨੇ ਉਹ ਸਿੱਧੂ ਦੀ ਬਰਸੀ ਮਨਾ ਰਹੇ ਹਨ ਇਸੇ ਦੌਰਾਨ ਉਹਨਾਂ ਸਾਰਿਆਂ ਨੂੰ ਸ਼ਾਮਿਲ ਹੋਣ ਦੀ ਬੇਨਤੀ ਕੀਤੀ ਗਈ ਹੈ ਗੱਲ ਕਰਾਂਗੇ ਅਗਲੀ ਖਬਰ ਬਾਰੇ